भी किसी भी वैरायटी ना रातों रात अमीर नहीं हो सकते असीं। दूजे पहले कमेंट लिखदे झूठ मारदा इक बीज ओही हुंदा जिहड़ा तुसीं आपदे खेत च चंगा तैयार कर। बहुत चंगा काम कीता 1847 दा। थर्मल झोना 99 क्विंटल किले दा कढ़िया होया 10 दिनां दी पनीरी ला के नैट ते कट भी लई आ। सचो सच दसो किन्ना क झाड़ झाड़ बई जी इहदा। हांजी किसान वीरों, अज दी वीडियो दे विच आपां गलबात करन जा रहे पीवीडबल्यू 826 बहुत ज्यादा चर्चित वैरायटी आ पंजाब यूनिवर्सिटी दी। किसान अज अपने नाल बैठे ने, इन्हां ने पहला तां बहुत चंगा काम कीता 1847 दा, 1-1 किलो सीड फ्री दित्ता काफी सारे किसानां नूं, ते तुसीं जाणदे हो बीजां दे माहिर ने। सति श्री अकाल जी। सति श्री अकाल बई जी। सति श्री अकाल। होर ठीक है जी? बहुत वधिया जी, बहुत वधिया। सारे दर्शक वीरां नूं, किसान भरावां नूं मेरे वीरों प्यार भरी सति श्री अकाल जी। वाहिगुरू जी का खालसा, वाहिगुरू जी की फतेह। ते आपां गलबात करन कीती सी पीवीडबल्यू 826 बारे। ठीक है जी। ते ਤੁਸੀਂ ਇੱਕ ਗੱਲ ਕਹੀ ਸੀ, ਮੈਂ ਹੋਰ ਵੀ ਕਾਫੀ ਵੀਡੀਓ ਦੇ ਵਿੱਚ ਰਿਪੀਟ ਕੀਤੀ ਆ ਕਿ ਇਹ ਵੈਰਾਈਟੀ 10 ਸਾਲ ਚੱਲਣੀ ਆ। ਦੇਖੋ ਜੀ, ਕਾਫੀ ਚਿਰ ਬਾਅਦ ਨਾ ਕੋਈ ਚੰਗੀ ਵੈਰਾਈਟੀ ਆਉਂਦੀ ਹੈ ਜੀ। ਕਾਫੀ ਇਹਦੇ ਤੇ ਕਿਰੰਤੂ ਪਰੰਤੂ ਵੀ ਬੜਾ ਹੋ ਰਿਹਾ ਹੈ। ਅੱਜ ਜੇ ਕੋਈ ਜੀਵੀਦਾਰ ਭਰਾ ਕੋਈ ਝਾੜ ਬਾਰੇ ਉਹਦੇ ਬਾਰੇ ਦੱਸ ਰਿਹਾ ਹੈ ਜੀ, ਚਲੋ ਇੱਕ ਤਾਂ ਕੁਦਰਤ ਝਾੜ ਜਦੋਂ ਆਉਂਦਾ ਉਦੋਂ ਕੁਦਰਤ ਦਾ ਜ਼ਿਆਦਾ ਸਾਥ ਹੁੰਦਾ। ਵੈਰਾਈਟੀ ਦਾ ਸਾਥ ਇਹ ਹੁੰਦਾ ਹੈ ਵੀ ਵਰਾਇਟੀ ਨੇ ਉਹਨਾਂ ਝਾੜ ਨਹੀਂ ਦੇਣਾ ਹੁੰਦਾ। ਸਾਇੰਟਿਸਟ ਜਿੰਨੇ ਕੰਮ ਕਰਦੇ ਆ ਜੀ, ਇਹ ਬਿਮਾਰੀਆਂ ਤੇ ਕੰਮ ਕਰਦੇ ਆ, ਉਹ ਬਿਮਾਰੀ ਨਾ ਆਵੇ ਵਰਾਇਟੀ ਜੀ। ਜਿਵੇਂ 826 ਦੇ ਵਿੱਚ ਤੁਸੀਂ ਦੇਖਿਆ ਹੋਊਗਾ ਜ਼ਿਆਦੇ, ਹਾਂਜੀ, ਵੀ ਸ਼ੁਰੂ ਚ ਜ਼ਿਆਦੇ ਠੰਡ ਦਾ ਵੀ ਇਹਦੇ ਕੋਈ ਅਸਰ ਨਹੀਂ ਹੋਇਆ ਨਾ ਗਰਮੀ। ਫਰਵਰੀ ਚ ਗਰਮੀ ਪਈ, ਉਹਨਾਂ ਦਿਨਾਂ ਚ ਗਰਮੀ ਦਾ ਵੀ ਕੋਈ ਅਸਰ ਨਾ ਹੋਇਆ ਜੀ। ਲਾਸਟ ਤੇ ਆ ਕੇ ਠੰਡ ਪੈ ਗਈ, ਉਹਦੇ ਤੇ ਵੀ ਕੋਈ ਬਹੁਤਾ ਜ਼ਿਆਦੇ ਅਸਰ ਨਹੀਂ ਹੋਇਆ ਜੀ। ਡਿੱਗੀ ਇਸ ਕਰਕੇ ਝਾੜ ਮੀਂਹ ਝੱਖੜ ਤੋਂ ਵੀ ਨਹੀਂ ਡਿੱਗੀ ਜੀ। ਹਰ ਇੱਕ ਪੱਖ ਤੋਂ, ਜਦੋਂ ਆਪਾਂ ਪਹਿਲਾਂ ਵੀ ਇੱਕ ਵੀਡੀਓ ਕੀਤੀ ਸੀ ਉਹਦੇ 'ਚ ਦੱਸਿਆ ਸੀ ਜੀ, ਕੋਸ਼ਿਸ਼ ਸੀ ਵੀ, ਉਦੋਂ ਵੀ ਕਈ ਬੰਦਿਆਂ ਨੇ ਮੈਨੂੰ ਫੋਨ ਕਰਕੇ ਪੁੱਛਿਆ ਸੀ ਵੀ ਤੁਸੀਂ ਕਿਤੇ ਗਾਰੰਟੀ ਕਰ ਸਕਦੇ ਹੋ ਜੀ, ਕਿਉਂਕਿ ਜਿਹੜਾ ਚੰਗੀ ਚੀਜ਼ ਹੁੰਦੀ ਆ ਉਹ ਸ਼ੁਰੂ ਤੋਂ ਹੀ ਦੱਸ ਦਿੰਦੀ ਹੈ ਜੀ ਇਹਨੇ ਕਿੰਨਾ ਕੁ ਚੱਲਣਾ ਜਾਂ ਕੀ ਕਰਨਾ ਜੀ। ਬਾਕੀ ਇੱਕ ਕਿਸਾਨ ਵੀਰਾਂ ਨੂੰ ਮੇਰੇ ਵੱਲੋਂ ਪਹਿਲਾਂ ਹੀ ਬੇਨਤੀ ਹੈ, ਕਿਉਂਕਿ ਬਾਅਦ 'ਚ ਫਿਰ ਥੋੜ੍ਹੀ ਜਿਹੀ ਔਖੀ ਹੁੰਦੀ ਹੈ ਜੀ, ਵੀ ਕਿਸੇ ਵੀ ਵੈਰਾਈਟੀ ਨਾਲ ਰਾਤੋਂ ਰਾਤ ਅਮੀਰ ਨਹੀਂ ਹੋ ਸਕਦੇ ਅਸੀਂ ਜੀ। ਕੋਸ਼ਿਸ਼ ਕਰੋ, ਥੋੜ੍ਹੀ ਲਾਓ, ਥੋੜ੍ਹੀ ਲਾ ਕੇ ਅਗਲੇ ਸਾਲ ਆਪਦਾ ਬੀ ਪੈਦਾ ਕਰੋ ਜੀ, ਕਿਉਂਕਿ ਬੀ ਹੈ ਜਿਹੜਾ ਲਫਾਫਾ, ਮੈਂ ਕਈ ਵਾਰੀ ਕਿਹਾ ਤੁਹਾਨੂੰ, ਲਫਾਫਾ ਜਾਂ ਚਮਕਮੀ ਥੈਲੀ ਬੀਜ ਨਹੀਂ ਹੁੰਦਾ। ਬੀਜ ਉਹੀ ਹੁੰਦਾ ਜਿਹੜਾ ਤੁਸੀਂ ਆਪਦੇ ਖੇਤ 'ਚ ਚੰਗਾ ਤਿਆਰ ਕਰ, ਖੁਦ ਖੇਤ ਦੇ ਵਿੱਚ ਖੁਦ ਤਿਆਰ ਕਰੋਗੇ। ਬੀਜ ਉਹ ਹੁੰਦਾ ਜਿਹੜਾ ਕਿਸੇ ਤੋਂ ਲਓਗੇ, ਮੇਰੇ ਹਿਸਾਬ ਨਾਲ ਬੀਜ ਨਹੀਂ ਹੁੰਦਾ ਜੀ। ਜੇ ਯੂਨੀਵਰਸਿਟੀ ਤੋਂ ਲੈਣਾ ਤੇ ਯੂਨੀਵਰਸਿਟੀ ਦਾ ਤਾਂ ਬੜਾ ਵਧੀਆ ਤਰੀਕਾ ਇੱਕ, ਵੀ ਉਹ ਤਾਂ ਉੱਥੋਂ ਤਾਂ ਸਾਡਾ, ਉਹ ਤਾਂ ਸਾਰਾ ਕੁਝ ਸਾਡਾ ਉਹੀ ਹੈ ਜੀ, ਉੱਥੋਂ ਲੈ ਕੇ ਅਸੀਂ ਬੀਜਾਂਗੇ ਤਾਂ ਬਹੁਤ ਵਧੀਆ ਜੀ ਜੀ। ਹਾਂਜੀ ਹਾਂਜੀ। ਤੇ ਗੱਲਬਾਤ ਕਰੀਏ ਆਪਾਂ ਇਹਦੇ ਝਾੜ ਬਾਰੇ, ਹੁਣ ਤੁਹਾਡੀ ਲਾਈ ਹੋਈ ਸੀ ਹਾਂਜੀ, ਤੇ ਤੁਸੀਂ ਕੱਟ ਵੀ ਲਈ ਆ, ਤਾਂ ਸੱਚੋ ਸੱਚ ਦੱਸੋ ਕਿੰਨਾ ਕੁ ਝਾੜ? ਝਾੜ ਬਈ ਜੀ ਇਹਦਾ ਜਿਹੜਾ ਸਹੀ ਮਹਿਣਾ ਚ ਜਿਹੜਾ ਯੂਨੀਵਰਸਿਟੀ ਨੇ ਕਿਹਾ 24 ਕੁਇੰਟਲ ਜੀ ਆ ਜਾਊਗਾ, 60 ਕਮਣ, 60 ਕਮਣ। ਪਰ ਜਿਹੜਾ ਮੌਸਮ ਨੇ ਐਤਕੀ ਐਸਾ ਸਾਥ ਦਿੱਤਾ ਜੀ, ਜਿਹੜਾ 68 ਤੋਂ 70 ਮਣ, 65 ਤੋਂ 70 ਮਣ ਮੈਂ ਜਿਹੜਾ ਕਹੂੰਗਾ ਜਿਹੜਾ ਆਇਆ ਇਸ ਵਾਰ ਜੀ, ਉਹ ਇੱਕ ਮੌਸਮੀ, ਮੌਸਮ ਚੰਗਾ ਹੋਣ ਕਰਕੇ 5-7 ਮਣ ਨਿਕਲਿਆ ਜੀ, ਵੱਧ ਨਿਕਲਿਆ। ਤੇ ਜੇ ਅਗਲੇ ਸਾਲ ਕਿਸਾਨ ਲਾਉਣਗੇ ਸ਼ਾਇਦ ਇਹ ਝਾੜ ਨਾ ਆਵੇ ਥੋੜਾ, ਜਿਹੜਾ ਇਸ ਵਾਰ ਆਇਆ ਤੁਸੀਂ 62-63 ਮਣ ਮੰਨ ਕੇ, ਮਤਲਬ 25 ਕੁਇੰਟਲ ਮੰਨ ਕੇ ਤੁਸੀਂ ਲਾਇਓ ਜੀ। ਬਿਹਾਰ ਦਾ ਬੰਦਾ ਹੈ ਜੀ, ਜਿਹਨੇ ਪਰਮਲ ਝੋਨਾ 99 ਕੁਇੰਟਲ ਕਿੱਲੇ ਦਾ ਕੱਢਿਆ ਹੋਇਆ 10 ਦਿਨਾਂ ਦੀ ਪਨੀਰੀ ਲਾ ਕੇ, ਨੈਟ ਤੇ ਸਰਚ ਕਰ ਲਿਓ, ਵਰਲਡ ਰਿਕਾਰਡ ਹੈ ਬੰਦੇ ਦਾ 99 ਕੁਇੰਟਲ ਕੱਢਿਆ ਹੋਇਆ, ਵਰਲਡ ਰਿਕਾਰਡ ਹੈ ਬੰਦੇ ਦਾ। ਨੈਟ ਤੇ ਸਰਚ ਮਾਰ ਕੇ ਦੇਖ ਲਓ, 99 ਮਣ ਨੂੰ ਵੀ ਬਹੁਤ ਹੈ, 99 ਮਣ ਨੂੰ ਵੱਡਾ ਸਮਝੀ ਜਾਂਦੇ ਆ, ਪਰ ਕਰਨ ਦੀ ਕੰਪੈਸਿਟੀ ਆ। ਕਈ ਮੇਰੇ ਵੀਰ ਨਾ ਹੁਣ ਜੇ ਕੋਈ ਕੋਈ ਲਿਖ ਕੇ ਪਰਚੀਆਂ ਵੀ ਪਾ ਦਿੰਦੇ ਆ, ਕਹਿੰਦੇ 826 ਸਾਡੇ 75 ਮਣੇ ਲੱਗੀ, ਤੇ ਦੂਜੇ ਪਹਿਲੇ ਕਮੈਂਟ ਲਿਖਦੇ ਝੂਠ ਮਾਰਦਾ ਇਹ ਕਰਦਾ। ਜਿਹੜੇ ਬੰਦੇ ਕਰ ਨਹੀਂ ਨਾ ਸਕਦੇ ਉਹ ਇਹ ਜਿਹਾ ਕੰਮ ਕਰਦੇ ਆ, ਬੀਜ ਵੇਚਣ ਦੇ ਮਾਰੇ ਕਈ ਏਦਾਂ ਵੀ ਕਹਿੰਦੇ ਨੇ। ਨਹੀਂ ਉਹ ਤਾਂ ਬੀਜ ਵੇਚਣਾ ਨਾ ਵੇਚਣਾ ਉਹ ਤਾਂ ਇੱਕ ਅਲੱਗ ਗੱਲ ਆ ਬੰਦੇ ਦੀ, ਪਰ ਜੇ ਕਿਸੇ ਨੇ ਕੱਢੀ ਆ ਉਹਦਾ ਹੌਸਲਾ ਦਿਓ, ਉਹ ਤੋਂ ਸਿੱਖੋ ਕੁਛ, ਨਾ ਕਿ ਉਹਦੇ ਗੱਦੇ ਕਮੈਂਟ ਕਰੋ, ਗੰਦੀਆਂ ਗੱਲਾਂ ਕਰੋ ਜੀ, ਕੋਸ਼ਿਸ਼ ਕਰੋ ਉਦੋਂ ਉਹਦਾ ਤਜਰਬਾ ਸਿੱਖੋ। ਹੁਣ ਬਿਹਾਰ ਦਾ ਬੰਦਾ ਜੇ ਬਿਹਾਰ ਚ ਕੱਢ ਸਕਦਾ, ਸਾਡੀ ਪੰਜਾਬ ਦੀ ਜ਼ਮੀਨ ਤਾਂ ਬਿਹਾਰ ਦਾ ਕਈ ਗੁਣੇ ਚੰਗੀ ਹੈ ਜੀ, ਬਿਲਕੁਲ, ਪਰ ਕਰ ਸਕਦੇ ਆ, ਕਰ ਸਕਦੇ ਆ, ਹੌਸਲਾ ਨਹੀਂ ਛੱਡਣਾ ਚਾਹੀਦਾ ਕਿਸੇ ਦਾ। ਸੋ ਬਹੁਤ ਬਹੁਤ ਧੰਨਵਾਦ ਜੀ, ਧੰਨਵਾਦ ਜੀ ਸਾਰੇ ਵੀਰਾਂ ਦਾ, ਤੁਹਾਡਾ ਵੀ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਜੀ।